ਬਹੁਤ ਸੋਹਣੇ, ਇਹਦਾ ਐਕਸ਼ਨ ਨਹੀਂ ਦੇਖਿਆ ਅੱਜ ਤੱਕ। ਗਿੱਪੀ ਭਾਜੀ ਦਾ ਵੀ ਰੋਲ ਬੜਾ ਵਧੀਆ ਸੀ, ਸਾਈਲੈਂਟ ਹੋ ਕੇ ਉਹਨਾਂ ਨੇ ਬੜਾ ਵਧੀਆ ਕੀਤਾ। ਬਾਕੀ ਜਿਹੜਾ ਪੰਮਾ ਹੈਗਾ, ਜਿਹੜਾ ਪ੍ਰਿੰਸ ਭਾਜੀ ਨੇ ਜਿਹੜਾ ਰੋਲ ਅਦਾ ਕੀਤਾ, ਬਾਖੂਬੀ ਸੀ। ਪਹਿਲੀ ਵਾਰ ਪੰਜਾਬੀ ਸਿਨੇਮੇ 'ਚ ਹਾਲੀਵੁੱਡ ਦੇ ਸੌਤੇਵਾਂ ਵਰਗਾ ਐਕਸ਼ਨ ਦੇਖਣ ਨੂੰ ਮਿਲਿਆ। ਦੱਸ ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਪਲੱਸ ਟੀਵੀ ਅਤੇ ਮੈਂ ਹਾਂ ਤੁਹਾਡੀ ਹੋਸਟ ਮੰਨਤ। ਅਤੇ ਜੀ ਵਾਰਨਿੰਗ ਟੂ ਸਟਾਰਿੰਗ ਪ੍ਰਿੰਸ ਕਮਲਜੀਤ, ਗਿੱਪੀ ਗਰੇਵਾਲ, ਧੀਰਜ ਕੁਮਾਰ, ਰਾਜ ਚਿੰਜਰ, ਰਘਵੀਰ ਬੋਲੀ ਐਂਡ ਮੈਨੀ ਮੋਰ ਅਦਰਸ ਥੀਏਟਰਸ ਦੇ ਵਿੱਚ 2 ਫਰਵਰੀ ਨੂੰ ਆ ਰਹੀ ਹੈ। ਅਤੇ ਜੀ ਅੱਜ ਅਸੀਂ ਪਹੁੰਚੇ ਹਾਂ ਪ੍ਰੀਮੀਅਰ 'ਤੇ, ਜਿੱਥੇ ਅਸੀਂ ਜਾਣਾਂਗੇ ਲੋਕਾਂ ਦੇ ਰਿਵਿਊਜ਼ ਕਿ ਉਹਨਾਂ ਨੂੰ ਮੂਵੀ ਕਿੱਦਾਂ ਦੀ ਲੱਗ ਰਹੀ ਹੈ। ਸੋ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਲੋਕਾਂ ਨੂੰ ਮੂਵੀ ਕਿੱਦਾਂ ਦੀ ਲੱਗ ਰਹੀ ਹੈ। ਜੀ ਬਹੁਤ ਅੱਛਾ ਲੱਗਾ, ਬਹੁਤ ਬਹੁਤ ਵਧੀਆ ਹੈ ਜੀ, ਬਹੁਤ ਅੱਛਾ, ਬਹੁਤ ਵਧੀਆ ਲੱਗੀ ਮੂਵੀ। ਮੇਰੇ ਮੰਜੇ 'ਤੇ ਕੌਣ ਬੈਠਾ ਅਤੇ ਆ ਗਿਆ ਪੰਮਾ ਬਾਈ, ਬਹੁਤ ਨਾਈਸ ਨਾਈਸ ਸੀ। ਲੋਟ ਆਫ ਐਕਸ਼ਨਸ, ਇਟਸ ਐਕਸ਼ਨ ਮੂਵੀ, ਬਹੁਤ ਵਧੀਆ, ਬਹੁਤ ਵਧੀਆ ਮੈਮ, ਬਹੁਤ ਵਧੀਆ, ਕਲਾਸ ਫਸਟ, ਬਹੁਤ ਅੱਛੀ, ਬਹੁਤ ਸੋਹਣੀ, ਇੱਦਾਂ ਐਕਸ਼ਨ ਨਹੀਂ ਦੇਖਿਆ ਅੱਜ ਤੱਕ। ਮੂਵੀ ਬੜੀ ਵਧੀਆ ਸੀ ਅਤੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਖਿਲਾੜੀ ਹੁੰਦਾ ਜਿਹੜਾ, ਉਹਨੂੰ ਕਿਵੇਂ ਹਾਲਾਤ ਉਹਦੇ ਜਿਹੜੇ ਨੇ ਉਹਨੂੰ ਗੈਂਗਸਟਰ ਬਣਾ ਦਿੰਦੇ ਨੇ। ਅਤੇ ਗਿੱਪੀ ਭਾਜੀ ਦਾ ਵੀ ਰੋਲ ਬੜਾ ਵਧੀਆ ਸੀ, ਸਾਈਲੈਂਟ ਹੋ ਕੇ ਉਹਨਾਂ ਨੇ ਬੜਾ ਵਧੀਆ ਕੀਤਾ। ਬਾਕੀ ਜਿਹੜਾ ਪੰਮਾ ਹੈਗਾ, ਜਿਹੜਾ ਪ੍ਰਿੰਸ ਭਾਜੀ ਨੇ ਜਿਹੜਾ ਰੋਲ ਅਦਾ ਕੀਤਾ, ਬਾਖੂਬੀ ਸੀ, ਬਹੁਤ ਵਧੀਆ ਲੱਗੀ ਜੀ, ਬਹੁਤ ਸੋਹਣੀ। ਪਹਿਲੀ ਵਾਰ ਪੰਜਾਬੀ ਸਿਨੇਮੇ 'ਚ ਹਾਲੀਵੁੱਡ ਦੇ ਸੌਤ ਫਿਲਮਾਂ ਵਰਗਾ ਐਕਸ਼ਨ ਦੇਖਣ ਨੂੰ ਮਿਲਿਆ। ਸੋ ਕਹਾਣੀ ਪੱਖੋਂ, ਡਾਇਲੋਗ, ਹਰ ਚੀਜ਼ ਬਾਕਮਾ, ਬਹੁਤ ਅੱਛੀ ਸੀਗੀ ਫਿਲਮ। ਤੋਂ ਬੈਸਟ ਕੀ ਲੱਗਿਆ ਮੂਵੀ? ਸੀਨ ਜੋ ਉਹਦੇ ਗਿੱਪੀ ਗਰੇਵਾਲ ਦੇ ਸੀਨ ਸੀਗੇ, ਉਹ ਵਧੀਆ ਸੀਗੇ, ਬਹੁਤ ਵਧੀਆ। ਮਤਲਬ ਕੁੱਲ ਮਿਲਾ ਕੇ ਨਾ, ਜਿਸ ਤਰ੍ਹਾਂ ਪਹਿਲਾਂ ਦੀਆਂ ਫਿਲਮਾਂ ਆਈਆਂ ਨੇ ਉਹ ਨਹੀਂ ਚੱਲੀਆਂ, ਦਰਸ਼ਕਾਂ ਦੀ ਕਸੌਟੀ 'ਤੇ ਖੜੀਆਂ ਨਹੀਂ ਉਤਰੀਆਂ, ਪਰ ਇਹ ਇੱਕ ਡਰਜਾ ਹੁੰਦਾ ਮਨ ਦੇ ਵਿੱਚ ਆਡੀਅੰਸ ਦੇ, ਹੈ ਨਾ ਵੀ ਯਾਰ ਫਿਲਮ ਚੱਲੂ ਨਹੀਂ ਚੱਲੂ। ਪਰ ਵਾਰਨਿੰਗ 2 ਜਿਹੜੀ ਹੈ ਉਹ ਅਲਟੀਮੇਟ ਫਿਲਮ ਬਣਾਈ ਹੈ, ਔਰ ਡਾਇਰੈਕਟਰ ਨੇ ਬਹੁਤ ਸੋਹਣਾ ਕੰਮ ਕੀਤਾ, ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ, ਔਰ ਅਲਟੀਮੇਟ ਮਤਲਬ ਫਿਲਮ ਕਿਤੇ ਲੱਗਦਾ ਨਹੀਂ ਕਿ ਲੂਜ਼ ਫਿਲਮ ਹੈ। ਫਿਲਮ ਟਾਈਟ ਐਟ ਫਿੱਟ ਹੁੰਦੀ ਹੈ, ਕਦੋਂ ਸ਼ੁਰੂ ਹੋਈ 1 ਘੰਟਾ 28 ਮਿੰਟ ਦੀ ਫਿਲਮ ਹੈ, ਕਦੋਂ ਸ਼ੁਰੂ ਹੋਈ ਕਦੋਂ ਖਤਮ ਹੋ ਗਈ, ਔਰ ਸਾਰੇ ਕਲਾਕਾਰ ਫਿਰ ਜਿਉਂਦੇ ਕਰ ਲਏ, ਇਹ ਦੱਸਣ ਵਾਸਤੇ ਆਡੀਅੰਸ ਨੂੰ ਵੀ ਅਸੀਂ ਵਾਰਨਿੰਗ 3 ਲਿਆਉਣ ਲਈ ਤਿਆਰ ਹਾਂ। ਅਲਟੀਮੇਟ ਬੇਟਾ ਬਹੁਤ ਸੋਹਣੀ ਫਿਲਮ, ਬਹੁਤ ਵਧੀਆ ਮੂਵੀ ਹੈ ਜੀ, ਬੜੇ ਹੱਟ ਕੇ ਫਿਲਮ ਬਣਾਈ ਗਿੱਪੀ ਬਾਈ ਨੇ, ਮਜ਼ਾ ਆ ਗਿਆ। ਕਿੰਨੇ ਸਟਾਰਸ ਦੇਣਾ ਜੀ? 5 ਚ 5 ਦੇਵਾਂਗੇ, ਸਾਰੇ ਦੇਵਾਂਗੇ ਜੀ। 10 ਚੋਂ 10। ਤਾਂ ਜੀ ਵਾਰਨਿੰਗ 2 ਜੋ ਕਿ ਇੱਕ ਫੁੱਲ ਪੈਕਡ ਐਕਸ਼ਨ ਮੂਵੀ ਹੈ, ਅਤੇ ਇਹ ਸੀਗੇ ਲੋਕਾਂ ਦੇ ਰਿਵਿਊਜ਼ ਮੂਵੀ ਦੇ ਬਾਰੇ। ਅਤੇ ਤੁਸੀਂ ਵੀ ਹੁਣ 2 ਫਰਵਰੀ ਨੂੰ ਥੀਏਟਰਸ ਵਿੱਚ ਜ਼ਰੂਰ ਦੇਖਣ ਜਾਓ ਵਾਰਨਿੰਗ 2, ਅਤੇ ਸਾਡੇ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੇਖਦੇ ਰਹੋ ਪੰਜਾਬ ਪਲੱਸ ਟੀਵੀ, ਸਤਿ ਸ਼੍ਰੀ ਅਕਾਲ।